ਸਰ ਜਿਸ ਤਰੀਕੇ ਨਾਲ ਆਪਾਂ ਆਫ ਕੈਮਰਾ ਵੀ ਡਿਸਕਸ ਕਰ ਰਹੇ ਸੀ ਤੁਹਾਡੀ ਕਲਿੱਪ ਵੀ ਕਾਫੀ ਜਿਹੜੀ ਹੈ ਉਹ ਚੱਲੀ ਕਿ ਤੁਸੀਂ ਫਾਈਨਲੀ ਅੱਜ ਡਾਇਰੈਕਟਲੀ ਜਾ ਸਕਦੇ ਹੋ ਪ੍ਰੋਪਰ ਪ੍ਰੋਗਰਾਮ ਕੀ ਹੈ ਕਿਹੜੀ ਸਟ੍ਰੀਮ ਦਾ ਸਟੂਡੈਂਟ ਹੋਣਾ ਚਾਹੀਦਾ ਇਹਨੂੰ ਪ੍ਰੋਪਰ ਸਾਨੂੰ ਸਮਝਾਓ ਇੱਕ ਤਾਂ ਉਹਨੇ ਆਪਣੇ ਫਰਸਟ ਈਅਰ ਦੀ ਸੈਕੰਡ ਈਅਰ ਦੀ ਫੀਸ ਵੀ ਪੇ ਕਰਨੀ ਜਿਹੜੀ ਸਭ ਤੋਂ ਮੇਨ ਵੱਡੀ ਗੱਲ ਉਹਦੀ ਫੀਸ ਵੀ ਬੱਚਤ ਹੋ ਜਾਂਦੀ ਹੈ ਉੱਥੇ ਜਾ ਕੇ ਪਹਿਲੇ ਸਾਲ ਦੂਜੇ ਸਾਲ ਦੇ ਰਹਿਣ ਦੇ ਜੋ ਐਕਸਪੈਂਸ ਨੇ ਉਹ ਕਵਰ ਅਪ ਹੋ ਜਾਂਦੇ ਆ ਇਸ ਪ੍ਰੋਗਰਾਮ ਦੇ ਲਈ ਐਲੀਜੀਬਿਲਟੀ ਕਿਸ ਤਰ੍ਹਾਂ इस प्रोग्राम की एलिजिबिलिटी है भी 2 to 4 साल तक तक गया राइट और परसेंटेज 50% 55% की स्पेसिफिक कोई स्ट्रीम नु भी टारगेट कर दियो कि जेडी मर्जी स्ट्रीम है नहीं जेडी मर्जी स्ट्रीम असि कहने आर्ट्स नॉन मेडिकल मेडिकल ठीक है इस सारे चलेंगे कॉमर्स सारे स्ट्रीम के बच्चे चलेंगे कितने श्योरिटी है कि ग्रेजुएशन एडमिशन मिल ही जाएगा अगर मेरे को आके मिल दियो अगर मैं थोड़ी फाइल पकड़ ली ता वो 100% मैं थोड़ी फाइल क्लियर करवाऊंगा और ये सब तो बड़ी गल है कि पैसे सारे वीजा लेने तो बाद ਸੋਸ਼ੀਕਲ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਸਾਇੰਸ ਵਿਦ ਬੰਦੀ ਆਸ ਕਰਦੀ ਆ ਛੱਡੀ ਕਲਾਸ ਹੋਗੇ ਤੁਸੀਂ ਸਾਰੇ ਔਰ ਇਸ ਪ੍ਰੋਗਰਾਮ ਦੇ ਤਹਿਤ ਐਕਸਪਰਟਸ ਮੇਰੇ ਨਾਲ ਹੁੰਦੇ ਨੇ ਜਿਹੜੇ ਤੁਹਾਨੂੰ ਗਾਈਡ ਕਰਦੇ ਨੇ ਸੋ ਲੜੀ ਨੂੰ ਅੱਗੇ ਤੁਰਦੇ ਹੋਏ ਫਿਰ ਤੋਂ ਮੇਰੇ ਨਾਲ ਜੁੜੇ ਨੇ ਪ੍ਰੋਵਾਈਡਰ ਓਵਰਸੀਜ਼ ਤੋਂ ਮਿਸਟਰ ਬੰਦੀ ਪਾਲਕ ਜੀ ਇਹਨਾਂ ਦਾ ਬਹੁਤ ਬਹੁਤ ਸਵਾਗਤ ਸੋਸ਼ੀਕਲ ਸੋਸ਼ੀਕਲ ਜੀ ਠੀਕ ਠਾਕ ਹੋ ਸਰ ਹਾਂਜੀ ਬਹੁਤ ਵਧੀਆ ਜੀ ਸਾਡਾ ਤੁਸੀਂ ਜੁੜ ਸਕਦੇ ਹੋ ਸਕਰੀਨ ਦੇ ਹੇਠਾਂ ਨੰਬਰ ਜਿਹੜੇ ਅਸੀਂ ਤੁਹਾਡਾ ਲਗਾਤਾਰ ਸਾਂਝੇ ਕਰਦੇ ਪਿਆ ਸਾਡੇ ਪ੍ਰੋਗਰਾਮ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਕਲਿੱਪ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਜਿਸ ਦਾ ਕਰਕੇ ਅੱਜ ਅਸੀਂ ਇਹ ਸ਼ੋਅ ਲੈ ਕੇ ਹਾਜ਼ਰ ਹੋਏ ਆ ਯੂਕੇ ਨੂੰ ਲੈ ਕੇ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਰਹਿਣ ਵਾਲਾ ਹੈ ਜਿਹੜੇ ਵੀ ਸਟੂਡੈਂਟ ਯੂਕੇ ਜਾਣਾ ਚਾਹੁੰਦੇ ਨੇ ਕੀ ਬੈਸਟ ਆਪਸ਼ਨ ਅੱਜ ਦੀ ਤਰੀਕ ਹੈਗੀ ਉਸ ਦੇ ਰਿਲੇਟਡ ਜਿਹੜੀਆਂ ਗੱਲਬਾਤ ਰਹੇਗੀ ਸਰ ਜਿਸ ਤਰੀਕੇ ਨਾਲ ਆਪਾਂ ਆਫ ਕੈਮਰਾ ਵੀ ਡਿਸਕਸ ਕਰ ਰਹੇ ਸੀ ਤੁਹਾਡੀ ਕਲਿੱਪ ਵੀ ਕਾਫੀ ਜਿਹੜੀ ਹੈ ਉਹ ਚੱਲੀ ਕਿ ਤੁਸੀਂ ਫਾਈਨਲੀ ਅੱਜ ਡਾਇਰੈਕਟਲੀ ਜਾ ਸਕਦੇ ਹੋ ਪ੍ਰੋਪਰ ਪ੍ਰੋਗਰਾਮ ਕੀ ਹੈ ਕਿਹੜੀ ਸਟ੍ਰੀਮ ਦਾ ਸਟੂਡੈਂਟ ਹੋਣਾ ਚਾਹੀਦਾ ਇਹਨੂੰ ਪ੍ਰੋਪਰ ਸਾਨੂੰ ਸਮਝਾਓ ਜੀ ਮੈਂ ਬਿਲਕੁਲ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਬੈਨੀਫਿਟ ਉਹ ਸਟੂਡੈਂਟਸ ਲੈ ਪਾਉਂਦੇ ਨੇ ਜਿਹੜੇ ਪਲੱਸ 2 ਤੋਂ ਬਾਅਦ ਉਹਨਾਂ ਦਾ 2 ਸਾਲ 3 ਸਾਲ 4 ਸਾਲ ਦਾ ਗੈਪ ਹੈ ਔਰ ਪਰਸੈਂਟੇਜ ਵੀਕ ਹੈ ਜਿਵੇਂ ਕਿ 55% 60% ਨਾਲ ਜਿਹਨਾਂ ਨੇ ਪਲੱਸ 2 ਕਲੀਅਰ ਕਰੀ ਹੈ ਜਾਂ 3-4 ਸਾਲ ਦਾ ਗੈਪ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਡਾਇਰੈਕਟ ਉਹਨਾਂ ਨੂੰ ਲੈਵਲ 4 ਔਰ ਲੈਵਲ 5 ਉਹ ਇੱਥੇ ਬੈਠ ਕੇ ਕਲੀਅਰ ਕਰਵਾਉਂਦੇ ਹਾਂ ਉਹ ਵੀ ਵਿਦ ਇਨ ਅ ਟਾਈਮ ਔਰ ਲੈਵਲ 6 ਜੋ ਫਾਈਨਲ ਈਅਰ ਜਿਹਨੂੰ ਅਸੀਂ ਕਹਿੰਦੇ ਹਾਂ ਯੂਕੇ ਦਾ ਉਹ ਉੱਥੇ ਜਾ ਕੇ ਬੱਚਾ ਪੇ ਕਰਦਾ ਉਹਦੇ ਨਾਲ ਮੇਨ ਬੈਨੀਫਿਟਸ ਕੀ ਨੇ ਇੱਕ ਤਾਂ ਉਹਨੇ ਆਪਣੇ ਫਸਟ ਈਅਰ ਦੀ ਸੈਕਿੰਡ ਈਅਰ ਦੀ ਫੀਸ ਨਹੀਂ ਪੇ ਕਰਨੀ ਜਿਹੜੀ ਸਭ ਤੋਂ ਮੇਨ ਵੱਡੀ ਗੱਲ ਉਹਦੀ ਫੀਸ ਦੀ ਬੱਚਤ ਹੋ ਜਾਂਦੀ ਹੈ ਉੱਥੇ ਜਾ ਕੇ ਪਹਿਲੇ ਸਾਲ ਦੂਜੇ ਸਾਲ ਦੇ ਰਹਿਣ ਦੇ ਜੋ ਐਕਸਪੈਂਸ ਨੇ ਉਹ ਕਵਰ ਅਪ ਹੋ ਜਾਂਦੇ ਆ ਥਰਡ ਜਿਹੜੀ ਸਭ ਤੋਂ ਵਧੀਆ ਮੇਨ ਗੱਲ ਇਹ ਹੈ ਕਿ ਉਹ ਲਾਈਫ ਦੇ 2 ਸਾਲ ਬਚਾ ਲੈਂਦਾ ਹੈ ਜਿਹੜੀ ਕਿ ਉਹਨੇ ਗੈਪ ਦੇ ਵਿੱਚ ਖਰਾਬ ਕਰ ਲਿਆ ਔਰ ਥਰਡ ਈਅਰ ਜਿਹੜਾ ਹੈਗਾ ਉੱਥੇ ਅੱਗੇ ਉਹਨੂੰ ਥਰਡ ਈਅਰ ਕਲੀਅਰ ਕਰਨਾ ਉਸ ਤੋਂ ਬਾਅਦ ਉਹਨੇ ਵਰਕ ਪਰਮਿਟ ਤੇ ਚਲੇ ਜਾਣਾ ਦੈਨ ਉਹਨੇ ਪੀਆਰ ਅਪਲਾਈ ਕਰਨਾ ਬਟ ਪੀਆਰ ਦੇ ਬੜਾ ਸ਼ਾਰਟ ਚਲੇ ਜਾਂਦਾ ਕਿੰਨੀ ਸ਼ਾਰਟੀ ਹੈ ਕਿ ਗ੍ਰੈਜੂਏਸ਼ਨ ਚ ਐਡਮਿਸ਼ਨ ਮਿਲ ਹੀ ਜਾਏਗਾ ਸਟੂਡੈਂਟ ਨੂੰ ਦੇਖੋ ਮੈਡਮ ਅਗਰ ਤੁਸੀਂ ਮੈਨੂੰ ਆ ਕੇ ਮਿਲਦੇ ਹੋ ਮੈਂ ਸਟੂਡੈਂਟਸ ਨੂੰ ਕਹਿ ਰਿਹਾ ਅਗਰ ਮੈਨੂੰ ਆ ਕੇ ਮਿਲਦੇ ਹੋ अगर मैं थोड़ी फाइल पकड़ ली तो वो 100% मैं थोड़ी फाइल क्लीयर करवाऊंगा और ये सब तो बड़ी गल है कि पैसे सारे वीजा लगने तो बाद मतलब जिन्ना मैं समझ पा रही हूं जेडे स्टूडेंट ने 2016 17 18 19 20 प्लस 2 कीती है 2-4 साल दा जिहदा गैप है ਉਹ ਡਾਇਰੈਕਟ ਆਪਣੀ ਗ੍ਰੈਜੂਏਸ਼ਨ ਦਾ ਜਿਹੜਾ ਲਾਸਟ ਈਅਰ ਹੈ 3 ਸਾਲ ਦਾ ਗ੍ਰੈਜੂਏਸ਼ਨ ਜਾਏਗੀ ਸਰ ਇਹਦੇ ਵਿੱਚ ਜੀ ਬਿਲਕੁਲ 3 ਸਾਲ ਦੀ ਜਾਏਗੀ ਔਰ ਦੂਸਰੀ ਇੱਕ ਹੋਰ ਮੇਨ ਗੱਲ ਇਹ ਹੈ ਇਹਦੇ ਵਿੱਚ ਜੋ ਬੱਚੇ ਸਾਡੇ ਕੋਲ ਐਲੀਜੀਬਲ ਹੋ ਰਹੇ ਹੈ ਠੀਕ ਹੈ ਜੀ ਅਸੀਂ ਜਿਹਨਾਂ ਨੂੰ ਪੈਕੇਜ ਦੀ ਕਹਿ ਰਹੇ ਹਾਂ ਅਸੀਂ ਅੰਬੈਸੀ ਫੀਸ ਵੀ ਉਹਨਾਂ ਦੀ ਆਪ ਪੇ ਕਰਾਂਗੇ ਓਕੇ ਬਟ ਬੱਚਾ ਇੱਥੇ ਇੰਨਾ ਸ਼ੋਰ ਹੈ ਕਿ ਮੈਂ 1 ਰੁਪਿਆ ਨਹੀਂ ਦੇਣਾ ਠੀਕ ਹੈ ਜਦੋਂ ਮੇਰਾ ਵੀਜ਼ਾ ਹੋਊਗਾ ਵੀਜ਼ਾ ਲੱਗ ਜਾਏਗਾ ਠੀਕ ਹੈ ਫਾਈਨਲ ਈਅਰ ਦੇ ਵਿੱਚ ਜਾਏਗਾ ਦੈਨ ਫਿਰ ਉਸ ਬੱਚੇ ਨੇ ਪੇ ਕਰਨਾ ਜਿਹੜਾ ਸਟੂਡੈਂਟ ਅੱਜ ਪਲੱਸ 2 ਤੋਂ ਬਾਅਦ ਜਾਂਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਜਾਂਦਾ ਹੈ ਉਹਨੂੰ ਇੱਕ ਪਾਥ ਦਿੱਤਾ ਗਿਆ ਵਾ ਕਿ ਹਾਂਜੀ ਤੁਹਾਡੇ ਇਦਾਂ ਇਦਾਂ ਇਹ ਇਹ ਪਹੁੰਚਣੇ ਤੁਸੀਂ ਕਾਊਂਟ ਕਰੋਗੇ ਦੈਨ ਤੁਸੀਂ ਜਿਹੜਾ ਆ ਅਗਾਹ ਜਾ ਕੇ ਸੈਟਲਮੈਂਟ ਦੇ ਆਪਸ਼ਨ ਵੱਲ ਵੱਧ ਸਕਦੇ ਹੋ ਜਿਹੜਾ ਸਟੂਡੈਂਟ ਇਸ ਪ੍ਰੋਗਰਾਮ ਦੇ ਤਹਿਤ ਜਾਊਗਾ ਉਹਨੂੰ ਵੀ ਆਪਸ਼ਨਸ ਮਿਲਣਗੀਆਂ
उस तो बाद अपनी एलिजिबिलिटी नॉर्मल है सेम सारा प्रोसेस होता ही है कोई स्टूडेंट कोई स्पेसिफिक स्ट्रीम दी रिक्वायरमेंट होवे क्योंकि आम तौर दे उत्ते जिद्दां असीं बीटेक वाले बच्चे देखदे आ 4 साल दी बीटेक हुंदी है ग्रेजुएशन भावे 3 सालां दी बीए वगैरह 3 सालां दी है तां की स्पेसिफिक कोई स्ट्रीम नूं भी टारगेट करदे हो कि जिहड़ी मर्जी स्ट्रीम आ नहीं जिहड़ी मर्जी स्ट्रीम असीं कहिंदे आर्ट्स नॉन मेडिकल मेडिकल ठीक है ये सारे चलेंगे कॉमर्स सारे स्ट्रीम के बच्चे चलेंगे ये यूनिवर्सिटीज गवर्नमेंट यूनिवर्सिटीज ने बहुत पुरानी यूनिवर्सिटीज है हर तरह का कोर्स अवेलेबल ओके और बच्चे की स्टडी के रेलेवेंट ही उन्होंने अगे कोर्स मिलेगा हाँ जी कोर्स मिलेगा ओके कोई खास जड़ी गल है ओ इस प्रोग्राम के तहत जी सा दर्शकों सांझी करनी जरूरी होगी क्योंकि मैं जब तक उम्मीद है कि साढ़े दर्शकों को यह प्रोग्राम बहुत ज्यादा पसंद आने वाला है खास गल कोई देखो इस सब तो वड्डी खास गल ये है कि अगर पूरे कोर्स की कैलकुलेशन लावा तो बच्चा अपने मतलब पेरेंट्स अपने बच्चे भी जो पैसा खर्चते हैं फर्स्ट ईयर सैकेंड ईयर थर्ड ईयर तो तकरीबन 40 to 45 lakh रुपए का अपना बेनीफिट कर लेंगे दो साल दो साल फीसा बच गई जो कि देखो सीधा सीधा 16 lakh 17 lakh एक साल की फीस है दो साल बच गई जेड़ा कि 9 to 11 lakh उसे खर्चा चाहिए दो साल बच गए जुड़ सकते हो इन्होंने फिर तो हाजिर हो गए ध्यान रखो जी सत श्री अकाल।